चले
सुख से सब लागे प्यारा
ਕਹਿਣ ਲੱਗੇ, ਇਹ ਤਨ ਮੈਂ ਸਮਝਿਆ ਮੈਨੂੰ ਇਸ ਲਈ ਚੰਗਾ ਲੱਗਾ ਜਿਹੜਾ ਮੇਰੇ ਨਾਲ ਆਇਆ ਹੈ। ਜਦੋਂ ਜੀਉ ਆਉਂਦੇ ਤਨ ਤੇ ਨਾਲ ਹੀ ਆਉਂਦੇ ਨੇ। ਕਹਿਣ ਲੱਗੇ ਜਿਸ ਦਿਨ ਮੈਂ ਗਿਆ ਉਸ ਦਿਨ ਮੇਰੇ ਨਾਲ ਇਹ ਵੀ ਨੱਗ ਗਿਆ। ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਦੁਨੀਆ ਐਸੀ ਹੋਈ। ਸੋ ਵੀ ਸੰਗ ਨਾ ਹੋਇਆ ਕਾਇਆ ਹੰਸ ਕਿਉਂ ਪ੍ਰੀਤ ਹੈ। ਕਿੰਨੇ ਤੇ ਭਰੋਸਾ ਕਰਾਂ, ਵਫਾਦਾਰੀ ਤੇ ਮੈਨੂੰ ਵਿਸ਼ਵਾਸ ਹੋਵੇ। ਕਹਿਣ ਲੱਗੇ ਕਾਇਆ ਤੇ ਜੀਵ ਆਤਮਾ ਹੰਸ ਜੀਵਨ ਇਕੱਠੇ ਪੈਦਾ ਹੋਏ ਇਕੱਠੇ ਰਹੇ, ਜਿੱਥੇ ਗਏ ਇਕੱਠੇ ਗਏ, ਦੇਸੋਂ ਪਰਦੇਸ ਗਏ, ਭਾਈ ਬੰਦੀ ਭਰਾ ਮਾਂ ਉਹ ਤੇ ਦੂਜੇ ਦੇਸ਼ ਵਿੱਚ ਰਹਿ ਗਏ, ਪਰ ਜੀਵ ਦੇ ਨਾਲ ਕਾਇਆ ਜ਼ਰੂਰ ਗਏ। ਜੀਵ ਦਾ ਤੇ ਕਾਇਆ ਦਾ ਆਪਸੀ ਇੱਕ ਅਟੁੱਟ ਰਿਸ਼ਤਾ ਹੈ। ਪਰ ਕਹਿੰਦੇ ਨੇ ਕਿੱਡੀ ਅਜੀਬ ਗੱਲ ਹੈ, ਮੈਂ ਇਹਨਾਂ ਦੋਵਾਂ ਦਾ ਇੰਨਾ ਨਜ਼ਦੀਕ ਰਿਸ਼ਤਾ ਜਿਹੜਾ ਹੈ ਸਮਝਦਾ ਸਾਂ। ਸਾਰਾ ਜੀਵਨ ਇਕੱਠੇ ਗੁਜ਼ਾਰਿਆ ਨੇ, ਹੁਣ ਤੇ ਵਫ਼ਾਦਾਰ ਹੋਣਗੇ ਨਾ ਇੱਕ ਦੂਜੇ ਦੇ। ਪਰ ਕਹਿਣ ਲੱਗੇ ਜਿਸ ਦਿਨ ਜੀਵ ਜਾਣ ਲੱਗਿਆ ਕਾਇਆ ਤੇ ਹੰਸ ਦੋਹਾਂ ਦੀ ਪ੍ਰੀਤ ਦੀ ਵਫ਼ਾਦਾਰੀ ਦਾ ਦ੍ਰਿਸ਼ ਮੇਰੇ ਸਾਹਮਣੇ ਆ ਗਿਆ। ਜਾਣ ਲੱਗਿਆ ਜੀਵ ਨੇ ਕਾਇਆ ਕੋਲੋਂ ਸਲਾਹ ਨਹੀਂ ਲਈ, ਮੈਂ ਜਾਵਾਂ ਕਿ ਨਾ ਜਾਵਾਂ, ਸਾਰੀ ਜ਼ਿੰਦਗੀ ਨਾਲ ਰਿਹਾ। ਜਾਣ ਲੱਗਿਆ ਕੋਈ ਰਾਏ ਨਹੀਂ, ਕੋਈ ਮਸ਼ਵਰਾ ਨਹੀਂ। ਬਾਬਾ ਕਬੀਰ ਜੀ ਦੇ ਮੈਂ ਇੱਕ ਲਫ਼ਜ਼ ਤੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ। ਬਾਬਾ ਕਬੀਰ ਜੀ ਦਾ ਸਲੋਕ ਅੱਜ ਆਇਆ ਹੈ, ਕਹਿੰਦੇ ਨੇ ਜੀਉ ਨੇ ਕਾਇਆ ਕੋਲੋਂ ਨਹੀਂ ਪੁੱਛਿਆ, ਉਹਦੇ ਨਾਲ ਕੋਈ ਰਾਏ ਸਲਾਹ ਨਹੀਂ ਲਈ, ਮੈਂ ਜਾਵਾਂ ਕਿ ਨਾ ਜਾਵਾਂ, ਪਈ ਨੂੰ ਛੱਡ ਕੇ ਚਲਾ ਗਿਆ। ਕਾਇਆ ਰਹਿ ਗਈ ਇੱਥੇ, ਪਈ ਰਹੀ, ਜੀਵ ਚਲਾ ਗਿਆ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਇਆ ਹੀ ਛੱਡ ਜਾਏ। ਕਹਿੰਦੇ ਨੇ ਅਗਲੇ ਪਾਸੇ ਇੱਕ ਖਿਆਲ ਦਿੰਦੇ ਨੇ, ਪਰ ਭਲਾ ਚਲੋ ਕਾਇਆ ਹੀ ਵਫਾਦਾਰੀ ਨਿਭਾਉਂਦੀ ਤੇ ਕਹਿੰਦੀ ਸਾਰੀ ਜ਼ਿੰਦਗੀ ਝੂਠ ਬੋਲ ਕੇ ਫਰੇਮ ਕਰਕੇ ਰਾਤਾਂ ਲਾ ਕੇ ਮੈਨੂੰ ਹੀ ਤੇ ਪਾਲਦਾ ਗਿਆ, ਮੇਰੇ ਲਈ ਚੰਗੇ ਕੱਪੜੇ ਬਣਾਉਣੇ, ਮੇਰੇ ਲਈ ਚੰਗੀ ਖੁਰਾਕ, ਮੈਨੂੰ ਸਰਦੀ ਗਰਮੀ ਤੋਂ ਬਚਾਉਣਾ। ਕਾਇਆ ਲਈ ਤੇ ਮਨੁੱਖ ਸਭ ਤੋਂ ਪਹਿਲਾਂ ਖੜਦਾ ਹੈ। ਲਿਖੀ ਇਹ ਗੱਲ ਕਾਇਆ ਨੂੰ ਵੀ ਯਾਦ ਨਾ ਰਹੀ, ਕਿੱਡੀ ਬੇਵਫਾ ਨਿਕਲੀ। ਉਹਨੇ ਇਹ ਵੀ ਨਾ ਸੋਚਿਆ ਵੀ ਇਹਨੇ ਸਾਰਾ ਜੀਵਨ ਤਾਂ ਮੇਰੇ ਲਈ ਗੁਜ਼ਾਰਿਆ, ਮੈਂ ਹੀ ਉੱਠ ਕੇ ਨਾਲ ਤੁਰ ਪਵਾਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਚਲਦਿਆਂ ਨਾਲ ਨਾ ਚਾਏ ਦੂ
साथ दुनिया कैसी हुई, साल मित ना रहे कोई, पाईबंद हेत चुकाया, कह लगे मेरी मूर्खता ता ए सी दुनिया कारण दीन गवाया, सोई मलीन दीन हीन जिस प्रभ बिसरना, वो जीवन सब तो मैला है जेड़ा दीन हीन हो जाता है, जिंदा कोई दीन नहीं होता बेदीन हो जाता है, वो मैला होता है, सोई मलीन दीन हीन जिस प्रभ बिसरना, करने हाथ ना पूजे आप गणे बिगड़ना, कह लगे दुनिया क्यों जी हो गई, दीन गवाया दुनी सो, दुनी ना चाली साथ, पाए कुहाड़ा मारिया गाफल अपने हाथ, अपने हथी ही अपना नुकसान कर गया, मैं चाहना दोहा श्लोक का जेड़ा आपसी विचार का रिश्ता है ना, वो जरा समझा कर लेंगे। कहते ने संसार दुनिया जो मैं देखी है वो की है, पहला तो सानू पछाण होनी बहुत जरूरी है, जे मैं दुनिया की खातर दीन बजा लिया इनका मतलब मैनू दीन ते दुनी दुनिया दोहां दी पछाण कोई नहीं, मैनू नहीं पता दीन की है, मैनू नहीं ज्ञान दुनिया की है, पर अगली लाइन ने अगले श्लोक ने एक नवा लफज दे दिता सोचने लई, को जरूर सोचना, अगले लफज ने कह लगे मैं दुनिया देखी है पर की देखे है दुनिया बड़ा रंग, कभी जय जय हो फिरो, मैं जिथे जिथे भी गया दुनिया बच विचरिया, जिथे जिथे भी गया की देखिया एक तमाशा है, सतगुरु बाणी विच होर थां ते भी आखे कहिंदे ने बाजी घर डंक बजाए, बाजी घर डंक बजाए, सब खालिक तमाशे आए, मन सारी खलकत सारी दुनिया एक खेड पी खेड़ती है, तमाशा है, कौतक लफज तमाशे को कहते हैं, जेड़ी चीज वास तो बनावट साड़ी लॉजिकता तो बाहर होवे असी उसनों आख देने है तो कोई कौतक है, कहने हैं जिंदी समझ ना आवे, जिसकी समझ ना आवे उन्हों आखीदा ये तो कोई कौतक है। बाबा कबीर कहते हैं मैं सारी दुनिया फ्री है पर मैनू दुनिया की समझ नहीं आई, मैं तो इतने ही पहुंचे हाँ भी ये दुनिया भी एक कौतक ही है, समझ जिंदी समझ ना आवे कौतक, ये तो साढ़े रोजाना जीवन के बर्तन वाले शब्द बर्तों में आने वाला शब्द है, कबीर जी ने आख दिता जिते जित
ਨਹੀਂ ਗਿਆ, ਮੈਨੂੰ ਕੋਈ ਅਸਲੀਅਤ ਨਹੀਂ ਲੱਗੀ, ਕੁਛ ਮੇਰੇ ਪੱਲੇ ਨਹੀਂ ਪਿਆ, ਮੈਂ ਕਿਸੇ ਨੂੰ ਸਮਝ ਨਹੀਂ ਸਕਿਆ, ਕਿਸੇ 'ਤੇ ਵਿਸ਼ਵਾਸ ਨਹੀਂ ਕਰ ਸਕਿਆ, ਕੋਈ ਵਸਤੂ, ਕੋਈ ਰਿਸ਼ਤੇਦਾਰੀ, ਕੋਈ ਮਿੱਤਰ, ਕੋਈ ਦੋਸਤ, ਕਿਹਨੂੰ ਆਪਣਾ ਸਮਝਾਂ? ਗੁਰਬਾਣੀ ਅੰਦਰ ਥਾਂ ਕਈ ਥਾਂ ਤੇ ਹੈ, ਬਲਕਿ ਇਹ ਸੂਫੀ ਫਕੀਰ ਨੇ ਵੀ ਬੜੀ ਸੁੰਦਰ ਗੱਲ ਆਖੀ, ਕਹਿੰਦਾ ਲੋਕ ਕਬਰ ਦੀ ਕਰਨ ਤਿਆਰੀ, ਲੋਕ ਕਬਰ ਦੀ ਕਰਨ ਤਿਆਰੀ, ਲੈਂਦ ਬਲਾਵਣ ਬਣਾਵਣ ਡੇਰਾ। ਅਤੇ ਕਹਿੰਦਾ ਇਹ ਰਿਵਾਜ਼ ਕਿਉਂ ਹੈ ਕਿ ਜਿੰਨੇ ਦਫਨਾਉਣ ਵਾਸਤੇ ਕਬਰਸਤਾਨ ਵਿੱਚ ਰਿਸ਼ਤੇਦਾਰ ਸੰਬੰਧੀ ਮਿੱਤਰ ਦੋਸਤ ਜਾਣ, ਕੋਈ ਨਿਯਮ ਹੋਏਗਾ ਉਹਨਾਂ ਤੋਂ? ਉਹਨਾਂ ਨੇ ਇਹ ਨਿਯਮ ਕਿਉਂ ਬਣਾਇਆ ਹੈ ਵੀ ਜਦੋਂ ਸਰੀਰ ਨੂੰ ਕਬਰ ਵਿੱਚ ਰੱਖ ਦੇਣ ਨਾ, ਜਿਹੜੀ ਮਿੱਟੀ ਪਾਉਂਦੇ ਨੇ ਉਹ ਇੱਕ ਨਹੀਂ ਪਾਉਂਦਾ, ਸਾਰੇ ਇੱਕ ਇੱਕ ਬੁੱਕ ਘੱਟੋ ਘੱਟ ਮਿੱਟੀ ਦਾ ਉਹਦੇ ਉੱਤੇ ਪਾਉਂਦੇ ਨੇ। ਇਹ ਸਾਬਤ ਕਰਨ ਲੱਗੀ ਕਿ ਅਸੀਂ ਕੋਈ ਪਿੱਛੇ ਨਹੀਂ, ਕਿਸੇ 'ਤੇ ਆਸ ਨਾ ਰੱਖੀ, ਤੈਨੂੰ ਦਫਨਾਉਣ ਵਿੱਚ ਸਾਡਾ ਸਾਰਿਆਂ ਦਾ ਹੱਥ ਹੈ। ਕਹਿੰਦਾ ਲੈਣ ਬਣਾਉਣ ਡੇਰਾ, ਪਰ ਪਰ ਬੁੱਕ ਮਿੱਟੀ ਦਾ ਪਾਵਨ ਕਰਦੇ ਢੇਰ ਉਚੇਰਾ। ਕਿਹਦੇ 'ਤੇ ਵਿਸ਼ਵਾਸ ਰੱਖਣਾ, ਕਿਹਨੂੰ ਆਪਣਾ ਆਖਣਾ ਹੈ? ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਸਮਝਦਾਰ, ਗਿਆਨਵਾਨ, ਸਮਝਣ ਵਾਲੇ, ਆਖਣ ਵਾਲੇ ਭਰਿਆ, ਤੂੰ ਅਜੇ ਵੀ ਦੁਨੀਆਂ ਨੂੰ ਨਹੀਂ ਪਛਾਣ ਸਕਿਆ, ਅਜੇ ਵੀ ਨਹੀਂ ਪਛਾਣ ਸਕਿਆ। ਜਦੋਂ ਤੇਰਾ ਰੂਪ ਬਿਣਸਦਾ ਹੈ, ਦੁਨੀਆਂ ਸਾਹਮਣੇ ਦੇਖਦੀ ਰਹਿੰਦੀ, ਜਦੋਂ ਤੈਨੂੰ ਸਿਖਾ ਤੇ ਚੜਾਇਆ ਜਾਂਦਾ ਹੈ, ਜਲਾਇਆ ਜਾਂਦਾ ਹੈ, ਉਦੋਂ ਦੁਨੀਆ ਤੇਰੇ ਰਿਸ਼ਤੇਦਾਰ ਬੜੇ ਮਿੱਤਰ ਮਿੱਤਰ ਪਿਆਰੇ ਚੁਫੇਰੇ ਖੜੇ ਹੁੰਦੇ ਨੇ। ਕਦੇ ਕਿਸੇ ਨੇ ਆਵਾਜ਼ ਨਹੀਂ, ਨਾ ਨਹੀਂ ਦਿੱਤੀ, ਆਵਾਜ਼ ਨਹੀਂ ਦਿੱਤੀ, ਇਹ ਕੁਝ ਨਾ ਕਰੋ। ਗੁਰੂ ਕਹਿੰਦੇ ਨੇ ਮਨ ਨੂੰ ਇੱਕ ਤਮਾਸ਼ਾ ਜਿਹਾ ਬਣਿਆ ਹੋਇਆ ਸੰਸਾਰ ਹੈ ਕਿ ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਇਹ ਜੋ ਦੁਨੀਆ, ਇਹ ਜੋ ਦੁਨੀਆ ਸਹਿਰ ਮੇਲਾ, ਜਾਦੂ ਦਿਖੇ ਸਹਿਰ ਮੇਲਾ, ਜਾਦੂ ਦਾ ਤਮਾਸ਼ਾ, ਜਿਹਦੇ ਵਿੱਚੋਂ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਹੁੰਦੀ। ਇੱਕ ਵਾਰ ਕੀਤੀ ਸੀ ਉਸ ਦਿਨ ਵੀ ਲਫ਼ਜ਼ ਆਇਆ ਸਨ ਪਿਛਲੇ ਹਫ਼ਤੇ ਵਿੱਚ ਕਿ ਜਦੋਂ ਜੀਵ ਇਸ ਸੰਸਾਰ ਵਿੱਚ ਆਇਆ, ਮੈਂ ਪਿਛਲੇ ਵਾਰ ਇੱਕ ਲਫ਼ਜ਼ ਕਹਿ ਸਨ, ਬੜੀ ਪ੍ਰਚਲਿਤ ਗੱਲ ਹੈ ਕਿ ਬੱਚਾ ਜਨਮ ਲੈਂਦੇ ਆ ਰੋਂਦਾ ਕਿਉਂ ਹੈ, ਜਨਮ ਲੈਂਦਾ ਸਭ ਤੋਂ ਪਹਿਲਾਂ ਰੋਂਦਾ, ਰੋਣ ਦੀ ਆਵਾਜ਼ ਹੀ ਤਾਂ ਆਉਂਦੀ। ਮੈਂ ਕੀਤੀ ਸੀ ਜਦੋਂ ਜਨਮ ਲੈਂਦਾ ਨਾ, ਕਹਿੰਦਾ ਮੈਂ ਕਿਸ ਦੁਨੀਆਂ ਵਿੱਚ ਆ ਗਿਆ,
किस दुनिया में आ गया जिथे कोई मेरा नहीं। सतगुरु ने बाणी मिली आखे कहन लगी किस पे खोलो गंठड़ी दुखी भरिया दुखी भरिया जगत सवाया दुखी भरिया जगत सवाया कौन जाने बिधु बहरिया क्यों जी दुनिया केडी अजीब गल है मनुख इस कौतक नू इस सारे तमाशे नू अखां नाल देखदा ते हंडारिया हाँ तो आई सी बाजी कर डंक बजाई सब खलक तमाशे आई सारी खलक सारी दुनिया एक तमाशे का पात्र बन के इस फिल्म का पात्र बन के आई हुई है अपना अपना पाठ करके तुरी जा किसे ने पे हाथ में जान लगी है कुछ नहीं तमाशा जो है मैं कर्ज की थी सी भी जादू दी खेल तमाशा दिखाने वाले सड़क पे बहुत कुछ दिखाते हैं पैसे भी बनाते हैं रुपए भी बनाते हैं जदों वो अपना स्वांग अपना नाटक अपना तमाशा सकेलते ने जिन्ने होंगे ने सब हाथ चाड़ के तुर पे किसी हाथ कुछ नहीं होंगे ईवन जेड़ा रुपया बना रहा होंदा है उनके हाथ भी कुछ नहीं होंदा पर एक ख्याल करो जेड़ा बाजी कर संसार दे तमाशे नू बनाने वाला है ना संसार दे तमाशे नू एना समझ चुका है कि ओ इंदी किसे वस्तु ते आस ही नहीं रखता इंदी किसे वस्तु ते आस नहीं रखता। बाबा कबीर जी दा एक शब्द बहुत पहला आया सी ओ ए कि दुनिया दे लोगों कह कबीर बाजी जग भाई दुनिया के लोगों संसार एक बाजीगरी है एक तमाशा है एक खेल है कह कबीर बाजी जग भाई ते अगले लफ्ज सन कह लगे मैनू इस बाजीगरी का कोई मन ते बोझ नहीं कोई मन ते असर नहीं कोई अफेक्ट नहीं कोई प्रभाव नहीं मैं ना इंदे विच खचत होना ते ना इस दे बिनस जान ते बाजीगरी दे तमाशे समाप्त होन ते मेरे मन नू कोई दुख होंदा है क्यों शांति होंदा असी ते रोज कहते हैं फलाना चला गया है उनके फ्यूनरल पे जाना है उनके भोग पे जाना है उत्थे उन्हें चार सिफत करनिया ने साडा कोई अपना कोई बिगड़ना है किसी का मिलाप है किसी का विछोड़ा है तो एक ख्याल करो दुनिया अंदर जिन्हें तमाशे जिन्हिया फिल्मा भी बन दिया ने वो भी इसे बेस दे कोई मिलाप है किसी का विछोड़ा है अजीब गल है मैं कई बार करना फिल्मा अंदर मिलाप ते विछोड़ा दोनों चीजा ने पर मन ते बोझ नहीं पैंदा पिछड़ जाए कई तो फिल्म ही है मैं एक बार की थी फिल्म विच कोई किसे नू मारदा है कभी तुसी रिपोर्ट लिखाने गए हो कि मैं चशमदीद गवाह मेरे सामने फलाने ने कतल होया है यही सोचते हो ना फिल्म मशा कोई अफेक्ट कोई प्रभाव नहीं कह लगे संसार जेड़ा है ये भी एक तमाशा है पर हर को यकीन नहीं आ रहा इसलिए रो भी रहा हंस भी रहा जब कछ पावे तब गर्व करता है माया गई तब रोमन लगता है सतगुरु ने बाणी में आख्या
कहने लगे माटी को पुतरा कैसे नचत है, देखे देखे सुने बोले दौरे फिरत है दिन रात, इस तमाशे नु देखदा देखदा खुशी नाल दे। सिर्फ फर्क की है कि ये समझ नहीं रहा ये तमाशा है, बस आ फर्क है। क्योंकि तमाशा फिल्म है, सानू पता लग गया। पर संसार दी इस फिल्म जिंदा करता इन्ना वड्डा बाजीगर है, उनकी फिल्म जिहड़ी इन्नी वड्डी बनी हुई है उन्हें असी समझ नहीं रहे। जिस दिन सानू ये समझ आ गई ना, उस दिन बाबा कबीर जी ने कहे हुए ये लफज सकारत हो जाए। वो कहता है मैं देखता कि दुनिया के लोग दीन तो गवा बैठे ने दुनिया की खातर, दीन गवाया दुनी सियों, दुनी ना चाली साथ, पाए कुहाड़ा मारिया गाफल अपने हाथ, अपने हथी अपने जीवन का कीमती समा गुआ रहे ने, बर्बाद कर रहे ने। पर कहते ने केडी अजीब गल है, पछाण नहीं रहे दुनिया है कि। बाबा कबीर एक लाइन अंदर कहते ने मैं पछाण लिया, लो आई गल है अगली लाइन अगले श्लोक च, मैं पाए घोड़ा मारिया गफला अपने हाथ वाले की लिस्ट में नहीं, उस लाइन में नहीं खड़ा। बाबा कबीर कहते नहीं बिल्कुल नहीं, क्यों? क्योंकि मैं कुछ देखे है। कबीर जय जय हो फिरो, अगला श्लोक लगा जिथे जिथे भी मैं गया मैनू भुलेखा नहीं गया। तमाशा तो तमाशा ही सी, खेड तो खेड सी, जिन्होंने खेड नू नहीं पछाणिया वह दुखी भी हो रहे सन, हंकारी भी हो रहे सन। पर कहन लगे मैनू कोई फर्क नहीं पै रहा सी, क्यों? क्योंकि मैं समझ गया सा ये तमाशा है। जय जय हो फिरो, कौतुक ठाओ ठाए। मैं जिथे जिथे भी गया मैं हर थां ते तमाशा ही वेखिया, कोई रो रहा सी कोई हस रहा सी। मेरा काम मुसाफरी है, मैं अपनी मंजिल वाल वध रहा सा। भाई गुरदास जी ने एक थां बड़ी सुंदर गल आखी, कहन लगे जेकर कोई मुसाफर राह जांदा होवे ते उस सड़क दे कंडे कोई बरात ढुक रही होवे ते उस बरात दे अगे कुछ लोग नाच रहे होण, खुशियां मना रहे होण, ते भाई गुरदास कहिंदे ने भला उहनूं वेख के कोई राह जांदा मुसाफर उहनां विच नचण लग पवेगा, आखेगा मैनूं की पता ही नहीं है कौन ने, मेरा काम मुसाफर है। कहन लगे जे राह जांदा मुसाफर वेखे कि किसी की मौत हो गई है, कोई रो रहे ने पूरा पा के बैठे ने, ते की अपना सफर छड के उहनां विच बह के अफसोस लई अपना समां गवाएगा, मेरा काम मेरी मंजिल है। कहन लगे बस जिन्हें ये जन्म ते मौत, जीवन ते मौत एक तमाशा समझ लिया है, जान लिया कि बाजीगर डंक बजाई सब खलक तमाशे आई, बाजीगर स्वांग सकेला अपने रंग रवै अकेला। ते बाबा कबीर जी ने इसीलिए आख्या, कहन लगे मेरे ते इंदा कोई प्रभाव नहीं, कहो कबीर बाजी जग भाई, मैनू पता लग गया ये संसार एक तमाशा ही है। क्यों पता कदों लगा? क्योंकि बाजीगर सो मोए प्रीत बनाई, क्योंकि मेरा संबंध बाजीगर नाल हो गए,
ਤੇ ਜਦੋਂ ਦਾ ਬਾਜੀਗਰ ਨਾਲ ਸੰਬੰਧ ਹੋਇਆ ਮੈਨੂੰ ਪਤਾ ਲੱਗ ਗਿਆ ਵੀ ਇਹ ਤਾਂ ਖੇਡ ਹੈ ਉਹਦੀ। ਕਿਸੇ ਦਾ ਵੀ ਕਿਸੇ ਤਮਾਸ਼ਾ ਕਰਨ ਵਾਲੇ ਨਾਲ ਦੋਸਤੀ ਹੋਵੇ ਮਿੱਤਰਤਾ ਨਾ ਹੋਵੇ, ਤੇ ਮੈਂ ਗੱਲ ਕੀਤੀ ਸੀ ਉਹ ਆਦਮੀ ਕਿਤੇ ਰਸਤੇ ਵਿੱਚ ਕਿਸੇ ਹੋਰ ਦੇ ਨਾਲ ਤਮਾਸ਼ਾ ਵੇਖਣ ਲਈ ਖਲੋ ਜਾਏ ਤੇ 10 ਮਿੰਟ ਬਾਅਦ ਉਪਰਾਲਾ ਹੋ ਕੇ ਕਹਿੰਦਾ ਆ ਚੱਲੀਏ, ਮੈਂ ਮੇਰਾ ਮਿੱਤਰ ਹੈ ਜੇ ਤਮਾਸ਼ੇ ਮੈਂ ਦੇ ਰੋਜ਼ ਵੇਖਣਾ। ਬਸ ਇਹ ਕਹਿਣ ਲੱਗੇ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਨੂੰ ਇਹ ਕੌਤਕ ਨਹੀਂ ਪਾਉਂਦੇ। ਬਲਕਿ ਅਗਲੀ ਲਾਈਨ ਵਿੱਚ ਕਹਿਣ ਲੱਗੇ ਜਿਹੜੇ ਰੱਬ ਤੋਂ ਟੁੱਟੇ ਹੋਏ ਲੋਕ ਨੇ ਜਦੋਂ ਮੈਂ ਉਹਨਾਂ ਨੂੰ ਦੇਖਣਾ ਤੇ ਮੈਂ ਕਹਿਣਾ ਇਹ ਸਾਰਾ ਦੇਸ਼ ਸਾਰੀ ਦੁਨੀਆ ਮੇਰੇ ਵਾਸਤੇ ਇੱਕ ਉਜਾੜਾ ਹੈ ਜਿੱਥੇ ਜਿਉਂਦੀ ਆਤਮਾ ਪਰਖ ਵਾਲੀ ਆਤਮਾ ਕੋਈ ਨਹੀਂ ਰਹਿੰਦੀ। ਕਹਿਣ ਲੱਗੀ ਜੈ ਜੈ ਸਮਝਣਾ ਇੱਥੇ ਹੀ ਦੁਨੀਆ ਵਸਦੀ ਹੈ, ਬਾਕੀ ਤਾਂ ਮਸਾਂ ਭੂਮਿਕਾ ਹੀ ਹੈ ਉਜਾੜਾ ਹੀ ਹੈ। ਬਾਬਾ ਕਬੀਰ ਫੈਸਲਾ ਦਿੰਦੇ ਨੇ ਕਹਿੰਦੇ ਨੇ ਸਮਝ ਰਿਹਾ ਉਹ ਉਜਾੜਾ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ ਹੈ। ਕਿਹੜਾ ਭੁਲੇਖਾ ਫਤਾਇਆ, ਚਕਿਤ ਰਹਿ ਗਿਆ ਮੈਂ ਕਿ ਜਿਹੜਾ ਮਹਾ ਭਿਆਨਕ ਜੰਗਲ ਸੀ, ਮਹਾ ਭਿਆਨ ਉਦਿਆਨ ਜਿਹੜਾ ਮਹਾ ਭਿਆਨਕ ਜੰਗਲ ਸੀ ਉਹਨੂੰ ਮੈਂ ਬੜਾ ਖੂਬਸੂਰਤ ਸ਼ਹਿਰ ਸਮਝ ਲਿਆ। ਜੈਸੇ ਦੀਵਾਰ ਦੇ ਲਫ਼ਜ਼ ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਭੇਖ ਸੱਚ ਕਰ ਜਾਂਦੇ। ਬਸ ਆਪਣੇ ਕੋਈ ਕੌਤਕ ਵੇਖ ਕੇ ਉਹਦੇ ਤੋਂ ਇੰਨਾ ਪ੍ਰਭਾਵਿਤ ਹੋਵੇ, ਕੋਈ ਤਮਾਸ਼ਾ ਵੇਖ ਕੇ ਕੋਈ ਫਿਲਮ ਦੇਖ ਕੇ ਇੰਨਾ ਉਹਦੇ ਤੋਂ ਪ੍ਰਭਾਵਿਤ ਹੋਵੇ ਕਿ ਉਹਨਾਂ ਦੇ ਨਾਲ ਰੋਈ ਵੀ ਜਾਏ ਹੱਸੀ ਵੀ ਜਾਏ ਅਤੇ ਆਪਣੀ ਰਸਨਾ ਤੋਂ। ਇਹੋ ਗੱਲ ਬਾਬਾ ਕਬੀਰ ਕਹਿੰਦੇ ਨੇ ਸ਼ਾ
जिन्हें राम कबीरा एक भय है कोई न सके पछाने दे मंजिल ते पहुंचा देता ओ एहो सी कि जय जय हो फिरो कौतक ठा उठाए पछान लेना जिस दुनिया में वास रहा इस दुनिया में रहे रोचकता है पर इन दे विचों हाथ आने वाली कोई चीज नहीं ਐਕਰਸ ਕੀਤੀ ਸੀ ਨੂੰ ਛਾਂ ਕਿਉਂ ਆਖਿਆ ਛਾਂ ਮਾਣ ਪਰ ਜੇ ਤੂੰ ਆਖੇ ਛਾਂ ਨੂੰ ਪਕੜ ਕੇ ਬਹਿ ਜਾਵਾਂ ਛਾਂ ਤੇਰੇ ਹੱਥ ਨਹੀਂ ਰਹਿਣੀ ਤੂੰ ਛਾਂ ਨਾਲ ਜੁੜਿਆ ਹੋਇਆ ਹੈ ਛਾਂ ਦਰਖਤ ਨਾਲ ਜੁੜੀ ਹੋਈ ਹੈ ਜਿਉਂ ਜਿਉਂ ਦਰਖਤ ਜਿਉਂ ਜਿਉਂ ਸੂਰਜ ਆਪਣਾ ਪਾਸਾ ਪਲਟੇਗਾ ਟਿਕਾਣਾ ਬਦਲੇਗਾ ਤਿਉਂ ਤਿਉਂ ਛਾਂ ਵੀ ਆਪਣਾ ਟਿਕਾਣਾ ਬਦਲ ਜਾਏਗੀ ਤੇਰੇ ਹੱਥ ਨਹੀਂ ਆਉਣੀ ਕਹਿਣ ਲੱਗੇ ਸੀ ਉਹ ਫਰਕ ਇੰਨਾ ਹੀ ਹੈ ਕਿ ਤੂੰ ਸੰਸਾਰ ਵਿੱਚ ਮੰਨਦਾ ਸੰਸਾਰ ਨੂੰ ਪਕੜਨ ਦੀ ਕੋਸ਼ਿਸ਼ ਕਰਨਾ ਆਪਣੀ ਮੁੱਠੀ ਵਿੱਚ ਲੈਣਾ ਚਾਹੁੰਦਾ ਪਰ ਗੁਰੂ ਕਹਿੰਦੇ ਨੇ ਨਹੀਂ ਦੁਨੀਆ ਦਾ ਤਮਾਸ਼ਾ ਹੈ ਜਿੰਨੀ ਦੇਰ ਥੀਏਟਰ ਵਿੱਚ ਬੈਠੇ ਹੋ ਟਾਈਮ ਪਾਸ ਹੋ ਰਿਹਾ ਪਰ ਇਹਦੇ ਵਿੱਚੋਂ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਬਸ ਆਹ ਚੀਜ਼ ਮਨ ਅੰਦਰ ਸੋਚਾਂਗੇ ਫਿਰ ਸਾਡਾ ਜੀਵਨ ਸਫਲ ਹੋਏਗਾ ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚਿਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ